ਕਿਉਂਕਿ ਇਹਦੀ ਖੁਸ਼ੀ ਨਾਲ ਆਪਾਂ ਸਾਰੇ ਇਕੱਠੇ ਹੋ ਹਾਂ ਲੰਮੀਆਂ ਉਮਰਾਂ ਹੋਣ ਔਰ ਤਰੱਕੀ ਬਖਸ਼ੇ ਮਾਵਾਂ ਜੀ ਨੂੰ ਦਿਨ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਇਹਦੀ ਬਦੌਲਤ ਆਪਾਂ ਇਕੱਠੇ ਹੋਏ ਹਾਂ ਇਹਦੀ ਬਦੌਲਤ ਇੰਨਾ ਵੱਡਾ ਮੇਲਾ ਲੱਗਿਆ ਔਰ ਰੱਬ ਨੂੰ ਉਹਦੇ ਦਰਸ਼ਨ ਹੋਏ ਉਹਦੇ ਦਰਸ਼ਨ ਹੋਏ ਛੱਡ ਕੇ ਨਹੀਂ ਉਹ ਲਿਖਣਾ ਪੜਨਾ ਛੱਡ ਕੇ ਨੀ ਉਹ ਲਿਖਣਾ ਪੜ੍ਹਨਾ ਸਿੱਖਿਆ ਮੇਰਾ ਉੱਤੇ ਖੜਨਾ ਹਰ ਆਉਂਦੀ ਜਾਂਦੀ ਅੱਲੜ ਤੇ ਆਖੋ